पंजाबी गायक शुभदीप सिद्धू मूसेवाले का जन्म 11 जून 1993 में पिंड मूसा दे विच एक किसान परिवार के घर होया सी। एक चढ़दा सूरज जिहड़ा अज तक मान लो भी इहो जिहा कोई गायक पैदा होया नहीं सी। असी पहली बार यहोजा गायक देखा सी जिन्हें नौजवान पीढ़ी में एक नवी सेध दी और इन्ने वधिया तरीके नाल उन्होंने पंजाबी गायक शुभदीप सिद्धू मूसेवाले का जन्म 11 जून 1993 में पिंड मूसा दे विच एक किसान परिवार के घर होया सी, जिसने बहुत छोटी उम्र दे विच बड़ा मुकाम हासिल किया सी, जिस दे प्रशंसक देश दे कोने कोने दे नाल नाल बाकी मुल्कां दे विच भी बसदे आ। अज सिद्धू मूसेवाले का जन्मदिन सी, चाहे सिद्धू मूसेवाला इस दुनिया दे विच नहीं रहे, सिद्धू दे प्रशंसक लगातार सिद्धू मूसेवाला दे घर पहुँच के सिद्धू मूसेवाला के जन्मदिन मौके सिद्धू नूं श्रद्धांजलि देने लिए आ रहे हैं। तुहानूं तस्वीरां दिखावांगे भावुक कर देने वाली यह तस्वीरां ने, क्योंकि सिद्धू मूसेवाला छोटे बच्चों तो लेके नौजवान बजुर्गों के दिलों की धड़कन सी, हर व्यक्ति के दिल के विच बसा होया। अज भी लोग जिहड़ा सिद्धू मूसेवाला नूं याद करते हैं, उसके पिंड सुबह तो जिहड़ा लगातार देश के कोने कोने तो प्रशंसक सिद्धू के लगातार पहुँच रहे हैं। सिद्धू की याद के विच केक कट्टिया जा रहा, तो सिद्धू नूं जिहड़ी श्रद्धांजलि अज पिंड दे विच भेट की जा रही है। ये तस्वीर सिद्धू मूसेवाले दे घर दियां ने, जिथे सिद्धू मूसेवाला दे अक्सर हर बार जिहड़ा खुशी दे विच केक कट्टिया जांदा सी, अज चाहे सिद्धू मूसेवाला नहीं रहे साडे विच, पर सिद्धू दे प्रशंसक लगातार सिद्धू दी याद दे विच इत्थे केक कट रहे आ ते श्रद्धांजलि भेट कर रहे आ। भाई की कहोगे बिल्ले सुन, की कहोगे भाई जी, कित्थों आए? ਅਸੀਂ ਮਾਨਸਾ ਤੋਂ ਆਏ। ਬਾਈ ਜੀ, ਇੱਕ ਚੜ੍ਹਦਾ ਸੂਰਜ ਜਿਹੜਾ ਅੱਜ ਤੱਕ ਮੰਨ ਲਓ ਵੀ ਇਹੋ ਜਿਹਾ ਕੋਈ ਗਾਇਕ ਪੈਦਾ ਹੋਇਆ ਨਹੀਂ ਸੀ, ਅਸੀਂ ਪਹਿਲੀ ਵਾਰ ਇਹੋ ਜਿਹਾ ਗਾਇਕ ਦੇਖਿਆ ਸੀ ਜਿਹਨੇ ਨੌਜਵਾਨ ਪੀੜ੍ਹੀ ਨੂੰ ਇੱਕ ਨਵੀਂ ਸੇਧ ਦਿੱਤੀ ਔਰ ਇੰਨੇ ਵਧੀਆ ਤਰੀਕੇ ਨਾਲ ਉਹਨਾਂ ਨੇ ਇੰਨੇ ਤਰੀਕੇ ਨਾਲ ਵਧੀਆ ਨਾਲ ਸੇਧ ਦਿੱਤੀ ਕਿ ਹਰ ਇੱਕ ਬੰਦਾ ਜਿਹੜਾ ਇੱਕ ਵਾਰੀ ਬੱਚੇ ਤੋਂ ਲੈ ਕੇ ਮੇਰੀਆਂ ਮਾਤਾ ਭੈਣਾਂ ਜੋ ਵੀ ਉਹਨਾਂ ਨੂੰ ਸੁਣ ਲੈਂਦਾ ਸੀ ਉਹ ਦੁਬਾਰੇ ਉਸ ਇਹ ਨਹੀਂ ਕਹਿੰਦੇ ਸੀ ਵੀ ਅਸੀਂ ਸਿੱਧੂ ਦੇ ਜਿਹਨੇ ਇੱਕ ਵਾਰੀ ਦੇਖਿਆ ਵੀ ਨਹੀਂ ਸੀ ਉਹ ਕਹਿੰਦੇ ਸੀ ਦਰਸ਼ਨ ਕਰਨੇ ਆ, ਕਿਉਂਕਿ ਮੈਂ ਵੀ ਬਾਈ ਜੀ ਇਲੈਕਸ਼ਨਾਂ ਦੇ ਵਿੱਚ ਬਾਈ ਜੀ ਦੇ ਨਾਲ ਰਿਹਾ, ਬਿਲਕੁਲ ਇਲੈਕਸ਼ਨਾਂ ਦੇ ਵਿੱਚ ਡੋਰ ਟੂ ਡੋਰ ਦਿਨ ਰਾਤ, ਅਤੇ ਸਾਨੂੰ ਪਤਾ ਉਹ ਬਾਈ ਦਾ ਕਿੰਨਾ ਪਿਆਰ ਸੀ, ਕਿੰਨੀ ਉਹਦੇ ਉਹ ਕੀ ਉਹਦੀ ਕੀ ਸੋਚ ਸੀ, ਉਹਦੀ ਉਹ ਜਿਹੜੀਆਂ ਉੱਚੀਆਂ ਨੇ ਸੋਚਾਂ ਉੱਚੀਆਂ ਸੋਚਾਂ ਅੱਜ ਤੱਕ ਸੋਚ ਇਹੋ ਜਿਹੀ ਪੈਦਾ, ਕਿਉਂਕਿ ਲੋਕਾਂ ਦੀ ਸੋਚ ਜਿੱਥੇ ਖਤਮ ਹੁੰਦੀ ਉੱਥੋਂ ਬਾਈ ਦੀ ਸ਼ੁਰੂ ਹੁੰਦੀ ਸੀ, ਪਰ ਕੁਛ ਦਰਿੰਦੇ ਲੋਕਾਂ ਨੂੰ ਇਹ ਮਨਜ਼ੂਰ ਨਹੀਂ ਸੀ, ਕਿਉਂਕਿ ਬਾਈ ਤਰ ਦਿਨ ਦੁੱਗਣੀ ਰਾਤ ਚੌਂਗਰੀ ਚੌਗਣੀ ਬੁਲੰਦੀਆਂ ਛੂਹ ਰਿਹਾ ਸੀ, ਲੋਕਾਂ ਨੂੰ ਇਹ ਮਨਜ਼ੂਰ ਨਹੀਂ ਸੀ ਉਹ ਦਰਿੰਦਿਆਂ ਨੂੰ, ਔਰ ਉਹਨਾਂ ਦਰਿੰਦਿਆਂ ਨੇ ਸਾਡਾ ਇੱਕ ਹੀਰਾ ਪੰਜਾਬ ਦਾ ਚੜ੍ਹਦਾ ਸੂਰਜ ਜਿਹੜਾ ਦੁਨੀਆ 'ਤੇ ਇੱਕ ਆਪਦਾ ਵਰਡ ਦੇ ਵਿੱਚ ਇੱਕ ਇਹੋ ਜਿਹਾ ਨਾਂ ਕਮਾ ਗਿਆ ਕਿ ਅੱਜ ਬੱਚੇ ਬੱਚੇ ਦੀ ਜਵਾਨ 'ਤੇ ਦੇਖੋ ਸ਼ਹਿਰ ਦੇ ਵਿੱਚ ਥਾਂ ਥਾਂ 'ਤੇ ਸ਼ਮੀਲਾਂ ਲੱਗੀ ਜਾਂਦੀਆਂ, ਕਿਤੇ ਆਹ ਮੇਰੀ ਭੈਣ ਇੱਕ ਕੇਕ ਕੱਟ ਰਹੀ ਸੀ ਕਿ ਉਹਦੇ ਹੰਝੂ ਸੱਥੋਂ ਮਤਲਬ ਦੇਖ ਨਹੀਂ ਰਹੇ, ਸੱਥੋਂ ਝੱਲ ਨਹੀਂ ਹੁੰਦਾ, ਕਿਉਂਕਿ ਬਾਈ ਸਾਡੇ ਵਿਚਕਾਰ ਹੁੰਦਾ ਜੇ ਅੱਜ ਉਹ ਦਰਿੰਦਿਆਂ ਨੇ ਗਲਤ ਕੰਮ ਨਾ ਕੀਤਾ ਹੁੰਦਾ, ਪਰ ਉਹ ਹਮੇਸ਼ਾ ਸਾਡੇ ਦਿਲਾਂ 'ਚ ਰਹੂਗਾ। ਔਰ ਜੋ ਵੀ ਕੋਈ ਵੀ ਸਿਆਸੀ ਬੰਦੇ ਨੇ ਕਿਸੇ ਸਿਆਸੀ ਲੀਡਰ ਨੇ ਇਹ ਗਲਤ ਕੰਮ ਕਰਾਇਆ ਜਾਂ ਕਿਸੇ ਨੇ ਵੀ ਕਰਾਇਆ ਇਹੋ ਅਸੀਂ ਉਸ ਨੂੰ ਬਖਸ਼ਾਂਗੇ ਨਹੀਂ, ਬਸ ਅਸੀਂ ਕਹਿੰਦੇ ਹਾਂ ਬਾਈ ਨੂੰ ਵੀ ਬਾਈ ਬਾਈ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਉਹ ਮਾਲਕ, ਔਰ ਅਸੀਂ ਪਿਆਰ ਪਹਿਲਾਂ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਪਿਆਰ ਬਾਈ ਦਾ ਬਣਿਆ ਰਹੇ। ਸੋ ਸਾਰਿਆਂ ਨੂੰ ਅਸੀਂ ਜੋ ਵੀ ਆਉਂਦੇ ਆ ਦੂਰੋਂ ਆਏ ਆ, ਦੇਖੋ ਚੱਲ ਚੱਲ ਕੇ ਕੋਈ ਗੁਰਦਾਸਪੁਰ ਤੋਂ ਕੋਈ ਅੰਮ੍ਰਿਤਸਰ ਤੋਂ ਕਾਂਗੜੇ ਤੱਕ ਦੇ ਹਿਮਾਚਲ 'ਚੋਂ ਬਾਈ ਹੁਣ ਮਿਲੇ ਨੇਗੇ, ਅਤੇ ਦੇਖੋ ਇੰਨੀ ਇੰਨੀ ਦੂਰੋਂ ਉਹਨਾਂ ਦਾ ਪਿਆਰ ਡੁੱਲ ਡੁੱਲ ਪੈਂਦਾ ਅਜੇ ਵੀ, ਪਰ ਅਸੀਂ ਕਹਿੰਦੇ ਹਾਂ ਵੀ ਦੇਖੋ ਬਾਈ ਚਲੋ ਕੋਈ ਗੱਲ ਨਹੀਂ ਜੋ ਉਹਨੂੰ ਮਨਜ਼ੂਰ ਹੈ, ਜਿਵੇਂ ਕਿਹਾ ਸੀਗਾ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਕਿ ਨਾਨਕ ਨੀ ਮਾ ਇਕੱਲਿਆ ਵਾ ਨਾਨਕਾ ਸੱਦਾ ਉੱਠ ਜਾਏ, ਉਸ ਕਹਿਣ ਗੁਰਬਾਣੀ ਦੇ ਫਰਮਾਨ ਹੈ
तो वह मंजूर जरूर है भी आपां नूं उहते अमल करना चाहिए। सो सारयां नूं इही बेनती है कि बाई जी इस तरह साडे दिलां च बने रहन जी। सिद्धू मूसेवाला की याद के लगातार लोग इत्थे पहुँच रहे हैं, तो सिद्धू मूसेवाला श्रद्धांजलि भेंट कर रहे हैं। कैमरामैन निखल के नाल अमरजीत सिंह, सांझा टीवी, मानसा।